हाँ जी सारयां नूं सत श्री अकाल। अज जिथे आप आए हैं जी ये गंगानगर का पिंड हैगा जी 18 दे नाल 19 आरबी ठीक है जी। अपने नाल राजस्थान का पहला टुच तवी वाला मुकाबला होना जिदे विच बहुत ज़्यादा इकट्ठ तुसीं देख ही रहे हो ते पांच ट्रैक्टर अपने नाल इत्थे आए आ ते बाई हरियाणा जिन्हां ने ऑर्गेनाइज किया उन्हां नाल गल्लबात करावांगे ते स्पैशल कमेंटर अपने भाजी ਬਹੁਤ ਬਾਹਰੋਂ ਸੱਦੇ ਭਾਜੀ ਕਿੱਥੋਂ ਆਏ ਤੁਸੀਂ ਝੋੜਾ ਜੀ ਜ਼ਿਲ੍ਹਾ ਮੁਕਤਸਰ ਜੀ ਜ਼ਿਲ੍ਹਾ ਮੁਕਤਸਰ ਤੋਂ ਸਪੈਸ਼ਲ ਭਾਜੀ ਨੂੰ ਸੱਦਿਆ ਗਿਆ ਕਮੈਂਟਰੀ ਕਰਨ ਵਾਸਤੇ ਹੁਣ ਭਾਜੀ ਨਾਲ ਤੁਹਾਨੂੰ ਮਿਲਾਉਂਦੇ ਆ ਮੇਨ ਜਿਹੜੇ ਬੰਦੇ ਹੈਗੇ ਇੱਥੋਂ ਦੇ 19 ਆਰਬੀ ਦੇ ਜਿਨ੍ਹਾਂ ਨੇ ਇਹ ਕਰਵਾਇਆ ਭਾਜੀ ਪਹਿਲਾਂ ਤਾਂ ਤੁਹਾਡਾ ਵੀਡੀਓ ਸਵਾਗਤ ਹੈ ਜੀ ਥੈਂਕ ਯੂ ਜੀ ਤੇ ਭਾਜੀ ਕਿਹੜਾ ਪਿੰਡ ਹੈ ਇਹ ਕਿੱਥੇ ਤੁਸੀਂ ਕਰਵਾ ਰਹੇ ਆ ਵੀਰੇ ਰਾਜਸਥਾਨ ਜ਼ਿਲ੍ਹਾ ਗੰਗਾਨਗਰ 19 ਆਰਬੀ ਪਿੰਡ ਹੈ ਜੀ ਠੀਕ ਹੈ ਜੀ ਤੇ ਇੱਥੋਂ ਦਾ ਇਹ ਪਹਿਲਾ ਤਵੀਆਂ ਦਾ ਮੁਕਾਬਲਾ ਜੀ ਇਹ ਗੰਗਾਨਗਰ ਜ਼ਿਲ੍ਹੇ ਦੇ ਤੇ ਰਾਜਸਥਾਨ ਦਾ ਪਹਿਲਾ ਤਵੀਆਂ ਵਾਲਾ ਜਿਹੜਾ ਸਾਡਾ ਜੀ 19 ਆਰਬੀ ਦੇ ਵਿੱਚ ਪਹਿਲਾ ਤਵੀਆਂ ਦਾ 19 ਆਰਬੀ ਦੇ ਵਿੱਚ ਵੈਸੇ ਰਾਜਸਥਾਨ 2022 ਦਾ ਵੀ ਇਹ ਮੈਨੂੰ ਪਹਿਲਾ ਲੱਗਿਆ ਜੀ ਇੱਥੇ ਹਾਂਜੀ 2022 ਦਾ ਜੀ ਇਹ ਪਹਿਲਾ ਜੀ ਤੇ ਕੀ ਕਹਿਣਾ ਚਾਹੋਗੇ ਭਾਜੀ ਪੂਰੀ ਠੰਡ ਆ ਤੇ ਕਿਸਾਨ ਵੀ ਬਹੁਤ ਆਏ ਆ ਕੀ ਇਹਦੇ ਬਾਰੇ ਦੱਸੋ ਮਾੜਾ ਜਿਹਾ ਲੋਕਾਂ ਨੂੰ ਪਤਾ ਲੱਗੇ ਦੇਖੋ ਜੀ ਇੱਥੇ ਇਕੱਠ ਤਾਂ ਇੰਨਾ ਕੁ ਹੋ ਗਿਆ ਨਾ ਜਿੰਨਾ ਅਸੀਂ ਆਸਮੇ ਦੇ ਨਹੀਂ ਕੀਤੀ ਸੀਗੀ ਵੀਰੋ ਪਰਮਾਤਮਾ ਵੀ ਉੱਤੋਂ ਮਿਹਰਬਾਨ ਹੋਇਆ ਪਿਆ ਆ ਠੀਕ ਆ ਵੀਰ ਜੇ ਹੁਣ ਪਰਮਾਤਮਾ ਇੱਕ ਘੰਟਾ ਹੋਰ ਸਾਡਾ ਮੇਲਾ ਸਫਲ ਹੋਣ ਦੇ ਦੇਵੇ ਨਾ ਤਾਂ ਅਸੀਂ ਪਰਮਾਤਮਾ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਸਾਡੇ ਵੀਰ ਬਹੁਤ ਦੂਰੋਂ ਦੂਰੋਂ ਚੱਲ ਕੇ ਟਰੈਕਟਰ ਲੈ ਕੇ ਆਏ ਆ ਸਪੈਸ਼ਲ ਡਿਮਾਂਡ 'ਤੇ ਜਿੱਦਾਂ ਜਸ ਵੀਰ ਆ ਅਤੇ ਹੋਰ ਸੰਘੇ ਵੀਰ ਹੁਣੀ ਵਰਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਆਉਣ 'ਤੇ ਵੀਰ ਅਤੇ ਧੰਨਵਾਦ ਜੀ ਚਲੋ ਜੀ ਮੇਲਾ ਆਪਾਂ ਸ਼ੁਰੂ ਕਰਦੇ ਹਾਂ ਭਾਜੀ ਇਹ ਕਿੱਥੋਂ ਪ੍ਰੀਤ ਭਾਜੀ ਸਪੈਸ਼ਲ ਆ ਆਏ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਭਾਜੀ ਥੋੜ੍ਹਾ ਜਿਹਾ ਦੱਸੋ ਕਿਉਂਕਿ ਜ਼ਿਆਦਾ ਸਮਾਂ ਨਹੀਂ ਲੈਣਾ ਆਪਾਂ ਬਾਈ ਬਸ ਹੁਣ ਕੀ ਦੱਸੀਏ ਸ਼ਬਦ ਮੁੱਕ ਗਏ ਆ ਸ਼ਬਦ ਬਾਈਆਂ ਕੋਲੇ ਮੁੱਕ ਗਏ ਆ ਹਾਂਜੀ ਤਾਇਆ ਜੀ ਮਿਹਰਬਾਨੀ ਜੀ ਤੁਹਾਡੀ ਪਹਿਲੀ ਸਭ ਤੋਂ ਪਹਿਲਾਂ ਤੁਹਾਡੀ ਮਿਹਰਬਾਨੀ ਬਾਕੀ ਜਿਹੜਾ ਇਹ ਕਰਵਾ ਰਹੇ ਪਹਿਲੀ ਵਾਰ ਹੋ ਰਿਹਾ ਇਹ ਬੱਚਨ ਬੜਾ ਸੋਹਣਾ ਬੋਲਿਆ ਇਹ ਵੀ ਕਰਨ ਵਾਲੇ ਸਾਰਾ ਇਹ ਹੈ ਚਲੋ ਜੀ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਭਾਜੀ ਸ਼ੁਰੂ ਕਰਦੇ ਹਾਂ ਡੀਡੀ ਨਿਊਜ਼ ਦਿੱਲੀ ਡੀਡੀ ਨਿਊਜ਼ ਠੀਕ ਆ ਜੀ ਚਲੋ ਜੀ ਬਹੁਤ ਧੰਨਵਾਦ ਆ ਸਾਡੇ ਭਰਾਵਾਂ ਦਾ ਬਾਈਆਂ ਨੂੰ ਬੇਨਤੀ ਆ ਉਸ ਕਲੀ ਦੇ ਭੇਖਰੇ ਜਿਹੜੇ ਗੀਜੇ 'ਚ ਰੱਖਦੇ ਆ ਉਹ ਕਲੀ ਮਾੜੀ ਆ ਉਹ ਕਲੀ ਕਈਆਂ ਨੂੰ ਕਲੀ ਕਰਾ ਦਿੰਦੀ ਆ ਨਾਲੇ ਦੰਦ ਖਰਾਬ ਹੁੰਦੇ ਆ ਨਾਲੇ ਉਹਦੇ ਉਹ ਚੰਗਾ ਨਹੀਂ ਲੱਗਦਾ ਉਹ ਕਲੀ ਤੋਂ ਬਚਣਾ ਉਧਰ ਸਾਰੇ ਭਰਾਵਾਂ ਦਾ ਧੰਨਵਾਦ ਆ ਮੁੰਡਾ ਕਰਨੀ ਸਿੱਧੂ ਵੀ ਆਇਆ ਕਹਿੰਦੀ ਪੇਸ਼ੀ ਨੇ ਵੀ ਕਹਿੰਦੇ ਆ ਉਹ ਕਰਾਇਆ ਹੋਇਆ ਜਿਹਨੂੰ ਲੋਕ ਸਰਾ ਕਹਿੰਦੇ ਆ ਪੇਸ਼ੀ ਪੇਸ਼ੀ ਆ ਕਹਿੰਦੇ ਲੰਡੀ ਜੀ ਤੇ ਮਿਲੀ ਇਹ ਚੱਕੂ ਵੀ ਆ ਗਿਆ ਕਹਿੰਦੇ ਜੌਂਡੀਅਰ ਕੰਪਨੀ ਵਾਲਾ ਬੋਂਚਾ ਵਾਲੇ ਆ ਗਿਆ ਕਹਿੰਦੇ ਚੱਕੂ ਆ ਭਗਵਾਨਪੁਰੀਆ ਜੱਗੂ ਹੋਇਆ ਇਹ ਬਾਕਿਆ ਕਹਿੰਦੇ ਪੱਟਾ ਪ੍ਰਮੋਟਰ ਲਾਲ ਬਾਈ ਜੀ ਦਾ ਜੱਗੂ ਜੌਂਡੀਅਰ ਬਣਾ ਤੇ ਇਹ ਹੁਣ ਹੈਗਾ ਕੱਤਰ ਬੱਤਰ ਕਰਕ ਮਹਿਕਮਾ ਜਿਹੜੇ ਗੰਗਾਨਗਰ ਦੇ ਮਸ਼ਹੂਰ ਆ ਉਹਨਾਂ ਬਾਰੇ ਬੜੇ ਬੜੇ ਕਰਕੇ ਨੇ ਯਾਰ ਪੁਰਾਣਾ ਪਾਪੀ ਆ ਪੂਰਾ ਤਿਆਰ ਕਰਦੇ ਹੋਏ
ਹਾਂਜੀ ਇਹ ਸੀਗੇ 71-72 ਕ੍ਰਿਕ ਮਹਿਕਮਾ ਵਾਲੇ ਫਸਟ ਰਾਊਂਡ ਦੋ ਰਾਊਂਡ ਪੂਰੇ ਕਰ ਲਏ ਜੀ ਟ੍ਰੈਕਟਰ ਦੀ ਪਰਫੋਰਮੈਂਸ ਬਹੁਤ ਵਧੀਆ ਕਮਾਲ ਕਰਦੀ ਟ੍ਰੈਕਟਰ ਨੇ ਹਾਂਜੀ ਦੂਜੇ ਨੰਬਰ 'ਤੇ ਸੀਗਾ ਸਵਰਾਜ 855 ਅਤੇ ਇਹ ਵੇਖਦੇ ਹਾਂ ਕੀ ਕਰਦਾ ਜੀ ਮੇਲੇ ਦੇ ਵਿੱਚ ਪਰ ਇਹ ਟ੍ਰੈਕਟਰ ਸਿੰਪਲ ਸੀਗਾ ਇਹ ਕਮੀਆਂ ਲੈ ਕੇ ਤਾਂ ਇਹ ਰਾਊਂਡ ਦੇ ਵਿੱਚ ਹੀ ਨਹੀਂ ਆ ਸਕਿਆ ਉੱਥੇ ਸਲਿੱਪ ਮਰੀ ਜਾਂਦਾ ਕਿਉਂਕਿ ਇਹ ਟ੍ਰੈਕਟਰ ਸਿੰਪਲ ਤਿਆਰ ਆ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਇਹਦੇ ਜਮ੍ਹਾਂ ਸਿੰਪਲ ਜ਼ਿਮੀਂਦਾਰ ਦਾ ਟ੍ਰੈਕਟਰ ਆ ਅਤੇ ਇਹ ਮੁਕਾਬਲੇ ਦੇ ਵਿੱਚ ਮੈਨੂੰ ਲੱਗਦਾ ਹੁਣ ਇੱਦਾਂ ਨਹੀਂ ਲਊਗਾ ਕਿਉਂਕਿ ਇਸ ਤੋਂ ਤਵੀਆਂ ਜਿਹੜੀਆਂ ਸੀਗੀਆਂ ਦਸ ਦੀਆਂ 20 ਐਰੋ ਨਹੀਂ ਦਿੱਤੀਆਂ ਗਈਆਂ ਹਾਂਜੀ ਆਪਣੇ ਨਾਲ ਭਾਜੀ ਸਵਰਾਜ 855 ਵਾਲੇ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਅਸੀਂ ਪਹਿਲੇ ਜਿਹੜੇ ਪੰਗਾ ਲਿਆ ਮਤਲਬ ਪੂਰੀ ਤਿਆਰੀ ਨਹੀਂ ਸੀਗੀ ਮਤਲਬ ਇਸ ਕੰਮ 'ਤੇ ਪਹਿਲੀ ਵਾਰੀ ਆਏ ਹਾਂ ਅਗਲੀ ਵਾਰੀ ਹੋਰ ਤਿਆਰੀ ਕਰਕੇ ਆਵਾਂਗੇ ਠੀਕ ਆ ਭਾਜੀ ਕਹਿ ਰਹੇ ਆ ਵੀ ਪਹਿਲੀ ਵਾਰੀ ਆਏ ਸੀਗੇ ਹੁਣ ਵੇਖ ਕੇ ਸਿੱਖਣ ਨੂੰ ਕੁਛ ਮਿਲਿਆ ਭਾਜੀ ਬਹੁਤ ਬਹੁਤ ਠੀਕ ਅਸੀਂ ਬਿਲਕੁਲ ਤਿਆਰ ਨਹੀਂ ਕੀਤਾ ਹੋਇਆ ਟ੍ਰੈਕਟਰ ਉਦਾਂ ਹੀ ਲਿਆ ਕੇ ਨਵਾਂ ਟ੍ਰੈਕਟਰ ਸੀ ਉਦਾਂ ਹੀ ਲਾਇਆ ਹੋਇਆ ਬਿਲਕੁਲ ਸਿੰਪਲ ਟ੍ਰੈਕਟਰ ਸੀ ਭਾਜੀ ਦੂਜੇ ਜਿਹੜੇ ਟ੍ਰੈਕਟਰ ਆ ਸਾਰੇ ਤਿਆਰ ਹੋਏ ਆ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਿਖਾ ਦੂੰਗਾ ਘਰੇ ਸਿੰਪਲ ਟ੍ਰੈਕਟਰ ਭਾਜੀ ਲੈ ਕੇ ਆਏ ਸੀਗੇ ਪੈਟਰੋਲ ਤੇ ਕਰੀ ਫਿਰਦੇ ਪੂਰੇ ਹਾਂਜੀ ਪੈਟਰੋਲ ਤੇ ਪੂਰਾ ਇਹਨਾਂ ਨੇ ਤਿਆਰ ਕੀਤੇ ਟ੍ਰੈਕਟਰ ਆ ਜੀ ਦੂਜੇ ਤੇ ਤਿਆਰੀ ਨਹੀਂ ਕੀਤੀ ਹੋਈ ਅਗਲੀ ਵਾਰੀ ਭਾਜੀ ਆਉਂਦੇ ਸੀਗੇ ਪੂਰੀ ਤਿਆਰੀ ਕਰਕੇ ਆਵਾਂਗੇ ਠੀਕ ਆ ਭਾਜੀ ਧੰਨਵਾਦ ਤੁਹਾਡਾ ਹਾਂਜੀ ਆ ਗਿਆ ਚਾਰਜ ਹਾਂਜੀ ਜਹਾਜ ਥੋੜ੍ਹਾ ਜਿਹਾ ਅੱਗੇ ਨਿਕਲ ਆਇਆ ਲਾਈਨ ਤੋਂ ਨਵੀਂ ਲਾਈਨ ਬਣਾ ਰਹੇ ਆ ਬਾਈ ਜੀ ਹੁਣ ਜਹਾਜ ਦਾ ਵੀ ਪਤਾ ਲੱਗ ਜੂਗਾ ਜੀ ਆਹਦੇ ਜਹਾਜ ਉੱਡਣਾ ਜਹਾਜ ਸੰਗਲ ਟੁੱਟ ਗਿਆ ਜੀ ਸੰਗਲ ਟੁੱਟ ਗਿਆ ਟ੍ਰੈਕਟਰ ਨੇ ਜ਼ੋਰ ਬਹੁਤ ਮਾਰਿਆ ਸਭ ਜੋੜ ਜਾੜ ਉੱਖੜ ਗਏ ਜੋੜ ਜਾੜ ਸਭ ਉੱਖੜ ਗਏ ਜੀ ਵਾਕਿਆ ਜਹਾਜ਼ ਆ ਜੋੜ ਜਾੜ ਸਭ ਉੱਖੜ ਗਏ ਇਹਦੇ ਤਵੀਆਂ ਦੇ ਲੱਗਦਾ ਇਹ ਟ੍ਰੈਕਟਰ ਕਮਾਲ ਕਰੂਗਾ ਅੱਜ ਜੇ ਹਿਸਾਬ ਨੇ ਜਹਾਜ਼ ਨੇ ਜ਼ੋਰ ਮਾਰਿਆ ਮੈਨੂੰ ਲੱਗਦਾ ਤਵੀਆਂ ਖਿਲਾਰ ਤੂੰ ਅੱਜ ਇਹ ਜੀ ਕਿਉਂਕਿ ਪੰਪ ਵਾਲੇ ਸਾਰੇ ਮਿਸਤਰੀ ਹਵਾ ਚੱਕ ਵਾਲੇ ਨਾਲ ਹੀ ਲਿਆਂਦੇ ਆ ਬਾਈ ਜੀ ਨੇ ਅਤੇ ਨਵੀਂ ਲਾਈਨ ਬਣਾ ਰਹੇ ਆ ਅਤੇ ਜਿਹੜੇ ਵੀ ਦਰਸ਼ਕ ਵੇਖਣ ਵਾਲੇ ਸੀਗੇ ਐਨ ਕੰਨ ਲੂਹ ਕੰਢੇ ਖੜ੍ਹੇ ਹੋ ਗਏ ਉਹਨਾਂ ਦੇ ਵੇਖੋ ਤਬਾਹੀ ਮਚਾਊਗਾ ਜੀ ਹੁਣ ਵੇਖੋ ਤੁਸੀਂ ਪੂਰਾ ਧਮਾਕਾ ਕਰੂਗਾ 71-72 ਅਤੇ ਵਾਂਗੂ ਮੈਨੂੰ ਲੱਗਦਾ ਵੀ ਪੂਰੀ ਟੱਕਰ ਦਊਗਾ ਕਿਉਂਕਿ ਸਾਈਡ 'ਤੇ ਵੀ ਪ੍ਰੈਸ਼ਰ ਪੰਪ ਲਾਇਆ ਵੇਖਣ ਵਾਲਾ ਐਂ ਲੱਗਦਾ ਸਾਈਡ 'ਤੇ ਪ੍ਰੈਸ਼ਰ ਧੱਕਣ ਵਾਲਾ ਲਾਈਏ ਟੈਂਕੀ ਪੂਰਾ ਸਿਰਾ ਕਰਾ ਦਾ ਜੀ ਕਾਫੀ ਬਹਿ ਗਿਆ ਟ੍ਰੈਕਟਰ ਕੱਢਣਾ ਪੈ ਗਿਆ ਨਵੀਆਂ ਚੋਂ ਮੁਕਾਬਲੇ ਚੋਂ ਤਵੀਆਂ ਦਾ ਹਾਲ ਵੇਖ ਸਕਦੇ ਤੁਸੀਂ ਤਵੀਆਂ ਰੇਤਾ ਥਾਂ ਤੇ ਪੂਰਾ ਜਾਮ ਕਰਤਾ ਤਵੀਆਂ ਬਿਲਕੁਲ ਜਾਮ ਹੋ ਗਈਆਂ ਜੀ ਘੱਟੋ ਘੱਟ 2.5-3 ਕੁਇੰਟਲ ਵਜਨ ਪਿਆ ਜੀ ਉੱਤੇ ਚਾਰ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜੀਆਂ ਜ਼ਮੀਨਾਂ ਰੇਤਲੀਆਂ ਰੇਤਲੇ ਦਾ ਕਰਕੇ ਤੁਸੀਂ ਵੇਖ ਲਓ
ਪਕੜ ਨਹੀਂ ਬਣ ਰਹੀ ਟਰੈਕਟਰ ਵੈਸੇ ਖਾਲੀ ਖੁੱਪ ਜਾਂਦਾ ਬਾਈ ਜੀ ਇਹੀ ਗੱਲ ਕਰ ਰਹੇ ਵੀ ਵੇਟ ਜ਼ਿਆਦੇ ਆ ਤਾਂ ਵੇਟ ਲਵਾ ਦੋ ਤੇ ਆ ਮੁਕਾਬਲਾ ਬੰਦ ਕਰ ਦੋ ਹਾਂਜੀ ਹੁਣ ਅਰਜਨ ਕੱਢਣ ਆਇਆ ਜੀ ਤਵੀਆਂ ਨੂੰ ਵੇਹਨੇ ਆ ਇਹ ਕਿੱਟ ਕੇ ਜਾਂਦਾ ਕਿ ਨਹੀਂ ਜੀ ਫਿਰ ਪਤਾ ਲੱਗੂਗਾ ਸਹੀ ਤਾਂ ਹਾਂਜੀ ਅਰਜਨ ਕੱਢ ਕੇ ਲੈ ਗਿਆ ਜੀ ਟਰੈਕਟਰ ਦਾ ਧੂੰਆਂ ਦੱਸ ਰਿਹਾ ਜ਼ੋਰ ਬਹੁਤ ਲੱਗ ਰਿਹਾ ਹਾਂਜੀ ਇਸ ਟਰੈਕਟਰ ਇਸ ਜਗ੍ਹਾ ਤੇ ਸਾਰੇ ਟਰੈਕਟਰ ਰੋਕੇ ਸੀਗੇ ਅਰਜਨ ਵੈਲੀ ਅਰਜਨ ਵੈਲੀ ਦਾ ਪਤਾ ਲੱਗ ਜੂ ਅੱਜ ਲੈ ਗਿਆ ਸਾਰੇ ਖੁਸ਼ ਹੁੰਦੇ ਹੋਏ ਭਾਜੀ ਨੇ ਸਿੰਗਲ ਬਣਾਤਾ ਜਿੱਤ ਦਾ ਹਲ ਮਾਰੋ ਬਈ ਹਲ ਮਾਰੀ ਹੋਵੇ ਪਿੱਛੇ ਆ ਜਾਓ ਬਈ ਜਿਹੜਾ ਲਾਟ ਲੈ ਗਿਆ ਦੂਜੇ ਗੇੜੇ ਦਾ ਨਹੀਂ ਪਤਾ ਕੋਈ ਪਾਣੀ ਨਹੀਂ ਪਾਇਆ ਕੁਛ ਨਹੀਂ ਹੁਣ ਪਾਣੀ ਨਹੀਂ ਪਹਿਲੀ ਬਾਲਟੀ ਪਾਉਣ ਲੱਗੇ ਆ ਜੀ ਆ ਥਾਂ ਤੇ ਆ ਕੇ ਹਰੇਕ ਟਰੈਕਟਰ ਫਸ ਜਾਂਦਾ ਸਿਰਫ ਅਰਜਨ ਨਿਕਲਿਆ ਸੀਗਾ ਹੁਣ ਹੀ ਪਤਾ ਲੱਗ ਜੂਗਾ ਜੀ ਟਰੈਕਟਰ ਨਿਕਲ ਗਿਆ ਇੱਥੋਂ ਜਿੱਥੇ ਬਹੁਤ ਖਤਰਾ ਸੀਗਾ ਆ ਜਾਓ
ਪੂਰੀ ਤਬਾਹੀ ਮਚਾਉਂਦਾ ਹੈ ਟਰੈਕਟਰ, ਪੂਰੀ ਤਬਾਹੀ ਆਲ ਐਂਡ। ਬਾਈ ਜੌਨ ਡੀਅਰ ਤੇ ਸਟੰਟ ਕਰਦਾ ਹੋਇਆ, ਰਾਜਸਥਾਨ ਵਾਲੇ ਵੀ ਸਟੰਟ ਕਰ ਲੈਂਦੇ ਜੀ, ਵੇਖ ਸਕਦੇ ਤੁਸੀਂ। ਕਾਰ ਤਾਂ ਪਹਿਲਾਂ ਪੰਜਾਬ ਵਾਲਿਆਂ ਨੇ ਕੱਢੀ ਸੀਗੀ, ਪਰ ਰਾਜਸਥਾਨ ਵਾਲਿਆਂ ਦੇ ਕੋਲੇ ਵੀ ਇਹ ਚੀਜ਼ ਆ ਗਈ ਆ। ਹਾਂਜੀ ਵੇਖ ਸਕਦੇ ਤੁਸੀਂ, ਪਾਣੀ ਲਾਉਣ ਗਈ ਹੋਈ ਹੈ। ਦੂਜੇ ਨੰਬਰ ਤੇ 5500 ਟਰਾਫੀ ਹਾਲੈਂਡ ਟਰੈਕਟਰ ਤੇ ਸਿੱਧੀ ਫੋਟੋ ਲੈ ਕੇ ਜਾਈ, ਨਾਲ ਹੀ ਸਾਡੇ ਕੇਲਾ ਵਿਜਾ ਨਗਰ ਵਾਲਿਆਂ ਦਾ ਬਹੁਤ ਧੰਨਵਾਦ, ਸਾਰਿਆਂ ਦਾ ਧੰਨਵਾਦ, ਜਿੰਨੇ ਵੀ ਭਰਾ ਪੁੱਜੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਹਾਂਜੀ ਦੂਜੇ ਨੰਬਰ ਤੇ ਰਹੇ ਹਾਲੈਂਡ ਵਾਲੇ ਭਾਜੀ, ਤੇ ਉਹਨਾਂ ਨੂੰ ਪੁੱਛਦੇ ਆ ਕਿਹੜਾ ਪਿੰਡ ਆ ਤੇ ਕੀ ਆਪਦੇ ਬਾਰੇ ਦੱਸਦੇ ਆ। ਭਾਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਤੇ ਹਨੂਮਾਨਗੜ੍ਹ ਪਿੰਡ ਆ ਜੀ। ਹਾਂਜੀ ਹਨੂਮਾਨਗੜ੍ਹ ਪਿੰਡ ਆ ਭਾਜੀ, ਕਿਹੜਾ ਪਿੰਡ? ਚਸਤੀਆਂ ਜੀ। ਤੇ ਭਾਜੀ ਦੂਜੇ ਨੰਬਰ ਤੇ ਰਹੇ ਆ। ਹਾਂਜੀ ਤੇ ਕੀ ਕਹਿਣਾ ਚਾਹੋਗੇ, ਅੱਗੇ ਤੋਂ ਕੀ ਤਜਰਬਾ ਮਿਲਿਆ ਇਹ ਦੱਸੋ, ਥੋੜਾ ਜਿਹਾ ਕਿਸਾਨਾਂ ਨੂੰ ਪਤਾ ਲੱਗੇ ਆਪਣੇ ਰਾਜਸਥਾਨ 'ਚ ਟੋਚਾ ਜਿਹੜੇ ਮੁਕਾਬਲੇ ਹੋਣ ਆ, ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਤਵਜੋ ਦੇਣ। ਤਜਰਬਾ ਤਾਂ ਜੀ ਖੇਡ ਆ, ਇਹ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਇਹਦੇ 'ਚ,
यार वे खेडन वाले आउंदे आ असीं भी नवें नवें उठे आ हुण दो तीन मेले लाए आ ठीक है जी इस बार दूजा नाम है बहुत वधिया ਲੈ ਗਏ ਆ ਪਹਿਲੇ ਨੰਬਰ ਤੇ ਆਉਣ ਵਾਲੇ ਅਰਜਨ ਵੈਲੀ ਵੱਜਦਾ ਬਾਈ ਜੀ ਇਹ ਅਰਜਨ ਵੈਲੀ ਆ ਬਾਈ ਬਵਰਾ ਆ ਬਵਰਾ ਵੇਖ ਸਕਦੇ ਜੀ ਅਰਜਨ ਜਿਹਨੂੰ ਵੈਲੀ ਕਹਿੰਦੇ ਪਰ ਇਹਨਾਂ ਨੇ ਬਵਰਾ ਨਾਮ ਦਿੱਤਾ ਭਾਜੀ ਇਹ ਪਹਿਲੇ ਨੰਬਰ ਤੇ ਭਾਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜੀ ਹਾਂਜੀ ਭਾਜੀ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹ ਅਸੀਂ ਟਰੈਕਟਰ ਪਹਿਲਾ ਮੇਲਾ ਹੀ ਲਾ ਰਹੇ ਹਾਂ ਇਸ ਟਰੈਕਟਰ ਦੇ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਪਹਿਲੇ ਮੇਲੇ ਤੇ ਪਹਿਲਾ ਹੀ ਨਾਮ ਜਿੱਤ ਰਹੇ ਹਾਂ ਪਹਿਲਾ ਮੇਲਾ ਲਾਇਆ ਤੇ ਪਹਿਲਾ ਨਾਮ ਰਿਹਾ ਬਾਈ ਜੀ ਤੇ ਬਾਈ ਜੀ ਦਾ ਮੇਲਾ ਬਾਈ ਜੀ ਨੇ ਕਰਾਇਆ ਸੀ ਬਹੁਤ ਵਧੀਆ ਮੇਲਾ ਰਿਹਾ ਤੇ ਬਾਈ ਜੀ ਵਧਾਈਆਂ ਤੇ ਭਾਜੀ ਸਾਡੇ ਨਾਲ ਪ੍ਰੀਤ ਭਾਜੀ ਆ ਬਾਈ 14 ਤਰੀਕ ਨੂੰ ਚਹਿਲ 71-72 ਵਾਲਾ ਕਰਵਾ ਰਿਹਾ ਮੇਲਾ ਉੱਥੇ ਵੀ ਲੈ ਕੇ ਪਹੁੰਚਾਂਗੇ ਭਾਜੀ ਆਇਓ ਸਾਰੇ ਐਡਰੈਸ ਦੱਸੋ 31BB 'ਚ 31BB 71-72 ਕਰੈਕ ਮਹਿਕਮਾ ਉੱਥੇ ਸਾਰਿਆਂ ਨੇ ਪਹੁੰਚਣਾ ਜਿਹੜੇ ਵੀਡੀਓ ਵੇਖ ਰਹੇ ਆ ਭਾਜੀ ਸਾਰਿਆਂ ਨੂੰ ਵਧਾਈਆਂ ਹਾਂਜੀ ਹੌਲੈਂਡ ਆਦੇ ਸਟੰਟ ਵੀ ਵੇਖ ਲਓ ਲਾਸਟ ਦੇ ਵਿੱਚ ਇਹ ਨਾ ਕਮੀ ਨਾ ਰਹਿ ਜੇ ਜੀ ਬਾਈ ਦੂਜੇ ਨੰਬਰ 'ਤੇ ਰਹੇ ਸੀ ਹੋਲੈਂਡ 3630 ਦੂਜੇ ਨੰਬਰ 'ਤੇ ਰਹਿਣ ਵਾਲਾ ਬਾਈ ਦੇ ਸਟੰਟ ਬਹੁਤ ਵਧੀਆ ਮੇਲਾ ਹੋ ਗਿਆ ਕਿਉਂ ਅੰਕਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਸ ਜੀ ਸਾਡੇ ਇਲਾਕੇ ਦੇ ਵਿੱਚ ਪਹਿਲਾ ਮੇਲਾ ਸੀਗਾ ਬਾਕੀ ਸਾਡੇ ਤੋਂ ਅਰੇਂਜਮੈਂਟ ਤਾਂ ਮਾਲਕੀ ਦਿਆਲਾ ਉਨਾ ਹੋਇਆ ਨਹੀਂ ਜਿੰਨਾ ਕੁ ਚਾਹੀਦਾ ਸੀ ਮੌਸਮ ਖਰਾਬ ਸੀਗਾ ਤਾਂ ਕਰਕੇ ਫਿਰ ਵੀ ਬਹੁਤ ਵਧੀਆ ਬਹੁਤ ਬਹੁਤ ਜ਼ਿਆਦਾ ਹਾਂਜੀ ਇਹ ਸੀਗੀ ਅੱਜ ਦੀ ਵੀਡੀਓ ਸਾਰੀ ਵੀਡੀਓ ਪੰਜਾਬੀ 'ਚ ਕੀਤੀ ਹੈ ਜੀ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਤਾਂ ਚੈਨਲ ਲਾਈਕ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ ਕਿਉਂਕਿ ਪੂਰੀ ਠੰਡ ਸੀਗੀ ਠੰਡ ਦੇ ਵਿੱਚ ਬਹੁਤ ਦੂਰੋਂ ਆਏ ਸੀਗੇ ਅਤੇ ਪਤਾ ਲੱਗਿਆ ਮੌਕੇ 'ਤੇ ਨਹੀਂ ਤਾਂ ਪੂਰੀ ਤਿਆਰੀ ਕਰਕੇ ਹੁੰਦੇ ਪੂਰਾ ਬਹੁਤ ਵਧੀਆ ਮੇਲਾ ਹੋ ਗਿਆ ਪਹਿਲੀ ਵਾਰੀ ਹੋਇਆ ਸੀਗਾ ਜੀ ਜੇ ਕੋਈ ਤੁਹਾਨੂੰ ਸੁਝਾਵ ਦੇਣੇ ਤੁਸੀਂ ਮੈਨੂੰ ਦੱਸ ਸਕਦੇ ਆ ਅੱਗੇ ਤੋਂ ਮੈਂ ਉਸ ਨਾਲ ਦੀ ਵੀਡੀਓ ਬਣਾਊਂਗਾ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭਾਅ ਜੀ ਕਮੈਂਟਰ ਉਹਨਾਂ ਵੱਲ ਕਰੋ ਕਮੈਂਟਰ ਵੀ ਬਹੁਤ ਵਧੀਆ ਆਏ ਸੀਗੇ ਕੁਛ ਪੰਜਾਬ 'ਚੋਂ ਸੱਦੇ ਸੀਗੇ ਸਾਰਿਆਂ ਦਾ ਧੰਨਵਾਦ ਜੀ ਅਤੇ ਬਹੁਤ ਵਧੀਆ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਜੀ ਮੇਲਾ ਨਜ਼ਾਰੇ ਲਿਆਤੇ ਜੀ ਅਤੇ ਸਾਰਿਆਂ ਨੂੰ ਲਾਸਟ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ